धमान चैनल देख रहे सारे दर्शकों का अमरजीत धमान वालों निघा निघा स्वागत है जी। सो एक दिन रह गया दिवाली दे विच, इस वेले असीं खड़े हैं स्टेशन दे बिल्कुल नेड़े कुराली शहर दे विच। पिछे तुसीं इह देख सकदे हो जो ध्रुव स्वीट्स है, यानी कि मकंदी हलवाई, मकंदी की जो बर्फी है बड़ी मशहूर बर्फी है, विदेशों के भी यह बर्फी बहुत वधिया मनी जाती है। सो अज इत्थे इन्नी भीड़ लगी हुई है यह दिवाली दे कारण। सो तुहानू इत्थों दीआं तस्वीरां भी दिखाउंदे आ ते गाहकां नाल भी गलबात करदे आ, अते जो इस दुकान के मालिक ने ओनर ने ध्रुव जी उन्हां नाल भी आपां गलबात करदे आ ते आओ दिखाउंदे आ तुहानू इह पूरी जानकारी। अते इह तुहानू आपां इह भी तस्वीरां दिखाउंदे आ कि इह किस तरह बन रही है। सो सामने बनती है सारे के सामने, होर भी किन्नियां भी मठियाईयां ने यह सारियां 24 घंटे ओपन दे विच बनदियां ने, लोगों के सामने बनदियां ने। तो आओ फिर देखते हैं यह पूरी जानकारी ते गलबात भी करते हैं। ਹਾਂਜੀ ਧਰੁਵ ਜੀ, ਕੀ ਹਾਲ ਹੈ ਜੀ? ਮੈਂ ਕਹਿੰਦਾ ਕਿ ਭਾਈ ਹੋਰ ਸੁਣਾਓ ਜੀ, ਤੁਸੀਂ ਠੀਕ ਹੋ ਜੀ? ਵਾਹ, ਮੁਬਾਰਕਾਂ ਦੀਵਾਲੀ ਦੀਆਂ। ਹਾਂ, ਤੁਹਾਨੂੰ ਮੁਬਾਰਕਾਂ ਜੀ, ਤੁਹਾਨੂੰ ਮੁਬਾਰਕਾਂ ਦੀਵਾਲੀ ਦੀਆਂ ਜੀ, ਸਾਰੇ ਸ਼ਹਿਰ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਵਾਹ ਜੀ ਵਾਹ, ਸੋ ਬੜਾ ਰਾਸ਼ ਆ ਅੱਜ, ਦੇਖੋ ਡੱਬੇ ਡੱਬੇ ਕਿਵੇਂ ਵਿਕ ਰਹੇ ਆ। ਹਾਂ, ਲੱਗ ਰਿਹਾ ਵੀ ਜੀ ਇਹਨਾਂ ਤਿਉਹਾਰ ਆਉਣਾ, ਕੱਲ੍ਹ ਆਉਣਾ ਜੀ, ਲੱਗ ਰਿਹਾ ਕਿਰਪਾ ਮਹਾਮਾ ਜੀ ਪੂਰੀ ਹੋ ਜੀ, ਚੱਲ ਰਿਹਾ ਕੰਮ ਪੂਰਾ ਜੀ। ਕਹਿੰਦੇ ਡੱਬਿਆਂ ਤੇ ਲਿਖਿਆ ਹੁੰਦਾ ਧਰੁਵ ਸਵੀਟਸ, ਪਰ ਦਾਦੇ ਦੇ ਨਾਂ ਤੇ ਕਹਿੰਦੇ ਵੀ ਮਕੰਦੀ ਦੀ ਹਲਵਾਈ। ਹਾਂ ਜੀ, ਹਾਂਜੀ, ਦਾਦੀਆਂ ਦੀ, ਪਰ ਦਾਦੇ ਦੇ ਨਾਮ ਤੇ ਜੀ ਬਹੁਤ ਮਸ਼ਹੂਰ ਹੈ ਜੀ। ਸਾਡੀ ਆਪਣਾ ਚੌਥੀ ਪੀੜ੍ਹੀ ਹੈ ਜੀ, ਪਹਿਲੀ ਪੀੜ੍ਹੀ ਮਕੰਦੀ ਰਾਜ ਜੀ ਆਪਣਾ, ਦੋ ਆਪਣਾ, ਉਸ ਤੋਂ ਤੀਸਰੀ ਆਪਣਾ ਮੇਰੇ ਆਪਣਾ ਦਾਦਾ ਜੀ ਆਪਣਾ ਰਜਿੰਦਰ ਕੁਮਾਰ ਜੀ, ਤੇ ਮੇਰੇ ਫਾਦਰ ਸਾਹਿਬ ਆਪਣਾ ਦਿਨੇਸ਼ ਕੁਮਾਰ ਜੀ, ਚੌਥੀ ਪੀੜ੍ਹੀ ਅਸੀਂ ਜੀ ਆਪਣਾ ਧਰੁਵ ਜੀ, ਧਰੁਵ ਕੁਮਾਰ ਜੀ ਮੇਰਾ, ਮੈਂ ਔਰ ਮੇਰਾ ਬ੍ਰਦਰ ਜੀ ਹਰਿਆਣਾ ਜੀ। ਹਾਂਜੀ ਹਾਂ, ਕੱਲ ਨੂੰ ਤਾਂ ਦੀਵਾਲੀ ਹੈ, ਫਿਰ ਇਹ ਤਾਂ ਕੜਾਏ ਵੀ ਗੂਗਲ ਨੂੰ ਲੱਗਦਾ। ਹਾਂ, ਦੇਖੋ ਜੀ ਮਹਾਮਾ ਜੀ ਕਿਰਪਾ ਰਹੀ ਜੀ, ਉਮੀਦ ਤਾਂ ਸਾਨੂੰ ਆਹੀ ਹੈ ਜੀ, ਸਾਨੂੰ ਬਹੁਤ ਪਿਆਰ ਮਿਲ ਰਿਹਾ, ਆਪਣਾ ਗਾਹਕਾਂ ਦਾ ਜੀ ਆਉਣਾ, ਗਾਹਕ ਸਾਡਾ ਬਹੁਤ ਮਾਣ ਰੱਖਦਾ, ਸਾਡਾ ਗਾਹਕ ਜੀ ਆਉਣਾ ਬਹੁਤ ਦੂਰ ਤੋਂ ਸਾਡੇ ਵਾ ਗਾਹਕ ਆਉਂਦਾ ਜੀ। ਹਾਂਜੀ, ਕਿਰਪਾ ਮਹਾਮਾ ਜੀ ਜੀ, ਬਾਕੀ ਸਾਡਾ ਸਾਥ, ਸਾਡੇ ਗਾਹਕਾਂ ਦਾ ਸਾਡਾ ਪਿਆਰ ਹੈ ਜੀ, ਕਿਉਂਕਿ 1:30 ਵਜੇ ਤੱਕ ਬਰਫੀ ਤਾਂ ਲੱਗ ਲੈਂਦੀ ਆ, ਫਿਰ ਤਾਂ ਗਰਮ ਗਰਮ ਕੜਾਏ ਡੱਬਿਆਂ 'ਚ ਪਾ ਪਾ। ਹਾਂਜੀ 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 ਜੀ, ਇਹ ਸਾਡੀ ਇਹੀ ਉਮੀਦ ਹੈ ਜੀ, ਹਾਂਜੀ ਸਾਨੂੰ ਗਾਹਕਾਂ ਦਾ ਪੂਰਾ ਪਿਆਰ ਹੈ ਜੀ। ਸੋ ਬਹੁਤ ਬੜੀ ਮਿਹਰ ਹੈ ਇਹ ਪਰਮਾਤਮਾ ਦੀ ਅਤੇ ਆਪਣੇ ਸਵਾਮੀ ਜੀ ਨਦੀ ਪਾਰ ਵਾਲਿਆਂ ਦੀ। ਹਾਂ, ਕਰਾਲੀ ਜੀ ਆਪਣਾ ਸਵਾਮੀ ਜੀ ਨਦੀ ਪਾਰ ਦੀ ਮਹਾਰਾਜ ਦੀ ਆਪਣਾ ਪੂਰੀ ਕਿਰਪਾ ਜੀ, ਸਾਰੇ ਸ਼ਹਿਰ ਪਰ ਹੈ ਜੀ, ਸਾਡੇ ਵੱਲੋਂ ਸਾਰੇ ਸ਼ਹਿਰ ਪਰ ਪੂਰੀ ਕਿਰਪਾ ਜੀ ਉਹਨਾਂ ਦੀ। ਵਾਹ ਜੀ ਵਾਹ ਵਾਹ। ਸੋ ਸਾਡੇ ਵੱਲੋਂ ਵੀ ਦੁਆਵਾਂ ਨੇ, ਇਸ ਤਰ੍ਹਾਂ ਹੀ ਕੰਮ ਤੁਹਾਡਾ ਇਹ ਚੱਲਦਾ ਰਹੇ ਅਤੇ ਦੀਵਾਲੀ ਦੀਆਂ ਫਿਰ ਤੋਂ ਤੁਹਾਨੂੰ ਮੁਬਾਰਕਾਂ। ਤੁਹਾਨੂੰ ਵੀ ਸਾਰੇ ਧਮਾਨ ਚੱਲਣ ਨੂੰ ਮੁਬਾਰਕਾਂ ਜੀ, ਦੀਵਾਲੀ ਦੀਆਂ ਜੀ, ਸਾਰੇ ਸ਼ਹਿਰ ਨੂੰ ਮੁਬਾਰਕਾਂ ਦੀਵਾਲੀ ਦੀਆਂ ਜੀ। ਥੈਂਕ ਯੂ ਜੀ। ਜਗਵੀਰ ਜੀ ਕੀ ਨਾਮ ਹੈ ਜੀ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ। ਕਿਹੜਾ ਪਿੰਡ ਹੈ ਜੀ? ਨਿਹੋਲਕਾ ਪਿੰਡ। ਅੱਛਾ ਜੀ, ਕਿਹੜੀ ਦੁਕਾਨ ਤੇ ਖੜੇ ਤੁਸੀਂ? ਮਕੰਦੀ ਦੀ ਦੁਕਾਨ ਤੇ। ਵਾਹ ਜੀ ਵਾਹ, ਤੁਸੀਂ ਮਕੰਦੀ ਦੀ ਬਰਫੀ ਬੜੀ ਮਸ਼ਹੂਰ ਹੈ, ਦੇਸ਼ਾਂ ਵਿਦੇਸ਼ਾਂ ਤੱਕ ਹੈ ਜੀ? ਬਿਲਕੁਲ, ਹਾਂਜੀ ਹਾਂਜੀ, ਇੱਥੇ ਹੀ ਆਉਂਦੇ ਆ ਕੇ? ਹਾਂਜੀ ਹਾਂ, ਫੈਸਟੀਵਲ ਤੇ ਤਾਂ ਫਿਰ ਖਾਣ ਲਈ ਜਿਹੜੀ ਕਰ ਰਹੇ ਹਾਂ ਇੱਥੇ ਹੀ ਲੱਗੇ ਜਾਂਦੇ। ਵੈਰੀ ਗੁੱਡ ਵੈਰੀ ਗੁੱਡ, ਵਧੀਆ ਮਠਿਆਈ ਹੈ। ਹਾਂਜੀ ਹਾਂ, ਵਧੀਆ, ਠੀਕ ਹੈ, ਵਿਸ਼ਵਾਸ ਹੈ, ਭਰੋਸਾ ਹੈ, ਮਤਲਬ ਹੈ ਜੀ, ਭਰੋਸਾ ਸਾਹਮਣੇ ਬਣਾਉਂਦੇ ਨਾਲ। ਹਾਂਜੀ ਹਾਂਜੀ, ਠੀਕ ਠੀਕ, ਥੈਂਕ ਯੂ, ਓਕੇ, ਥੈਂਕ ਯੂ। ਕੀ ਨਾਮ ਹੈ? ਵਿਸ਼ਾਲੀ ਵਰਮਾ ਜੀ।
ਅੱਜ ਤੁਸੀਂ ਮਕੰਦੀ ਹਲਵਾਈ ਕੋਲ ਆਏ ਆ, ਕਿੱਥੋਂ ਆਏ ਤੁਸੀਂ? ਸਹੌੜਾ ਤੋਂ। ਸਹੌੜਾ ਤੋਂ। ਸੋ ਪਿੱਛੇ ਹੋਰ ਵੀ ਬਹੁਤ ਦੁਕਾਨਾਂ ਨੇ ਬਾਜ਼ਾਰ ਦੇ ਵਿੱਚ, ਇੰਨੀ ਦੂਰ ਕਿਉਂ ਆਏ ਆ? ਬਿਕੋਜ਼ ਮਤਲਬ ਇਸ ਮਠਿਆਈ 'ਚ ਇੰਨੀ ਕੁਆਲਿਟੀ ਆ ਤਾਂ ਵਧੀਆ ਲੱਗਦੀ ਹੈ ਜੀ। ਹਾਂਜੀ, ਜਾਣੀ ਇਹਨਾਂ ਦੀ ਮਠਿਆਈ ਤੁਸੀਂ ਖਾਂਦੇ ਹੋ ਪਹਿਲਾਂ ਵੀ? ਗੁਰਦੀਪ ਸਿੰਘ ਜੀ। ਕਿਹੜਾ ਪਿੰਡ ਹੈ? ਅੱਜ ਕਿਹੜੀ ਦੁਕਾਨ ਤੇ ਘੁੰਮ ਰਹੇ ਤੁਸੀਂ? ਇੱਥੇ ਇਹਨਾਂ ਦੀ ਬਰਫੀ ਬੜੀ ਫੇਮਸ ਹੈ, ਉਹਦੇ ਕਰਕੇ ਅਸੀਂ ਬਰਫੀ ਲੈਣ ਆਏ ਹਾਂ। ਹਰ ਸਾਲ ਦੀਵਾਲੀ ਨੂੰ ਇੱਥੇ ਆਉਂਦੇ ਹਾਂ। ਅੱਛਾ, ਕਿਹੜੀ ਬਰਫੀ ਹੈ ਪਤਾ? ਇਹ ਇਹਨਾਂ ਦੀ ਗੁੜ ਦੀ ਸਪੈਸ਼ਲ ਬਣਾਉਂਦੇ ਆ, ਮਤਲਬ ਮਿੱਠਾ ਨਹੀਂ ਪਾਉਂਦੇ ਇਹ ਵਿੱਚ, ਤੇ ਖੋਆ ਇਹਨਾਂ ਦਾ ਵਧੀਆ ਹੁੰਦਾ ਹੈ। ਖੋਆ ਵਧੀਆ ਹੁੰਦਾ? ਹਾਂਜੀ, ਮਸ਼ਹੂਰ ਹੈ ਬਰਫੀ? ਹਾਂਜੀ, ਬਹੁਤ ਮਸ਼ਹੂਰ ਹੈ ਜੀ, ਬਹੁਤ ਦੂਰ ਦੂਰ ਤੋਂ ਆਉਂਦੇ ਜੀ ਉਰੇ, ਇਸ ਕਰਕੇ ਅਸੀਂ ਵੀ ਆਏ ਹਾਂ ਜੀ। ਠੀਕ ਹੈ, ਠੀਕ ਹੈ। ਥੈਂਕ ਯੂ, ਹੈਪੀ ਦੀਵਾਲੀ। ਹੈਪੀ ਦੀਵਾਲੀ ਜੀ, ਮੁਬਾਰਕਾਂ ਜੀ ਤੁਹਾਡੀ ਸਾਰੀ ਟੀਮ ਨੂੰ। ਕੀ ਨਾਮ ਹੈ? ਦਕਸ਼ ਕਰਵਲ। ਪਿੰਡ ਕਿਹੜਾ ਹੈ? ਖਰੜ। ਖਰੜ ਤੋਂ ਆਇਆ ਤੂੰ? ਹਾਂਜੀ। ਅੱਛਾ, ਇੱਥੇ ਵੀ ਮਠਿਆਈ ਲੈਣ ਆਇਆ ਕਰਾਲੀ? ਹਾਂਜੀ। ਇੱਕ ਕਿਹੜੀ ਮਠਿਆਈ ਹੈ? ਮੁਕੰਦੀ। ਮੁਕੰਦੀ ਦੀ? ਅੱਛਾ, ਤਾਂ ਬੜੀ ਮਸ਼ਹੂਰ ਮਠਿਆਈ ਹੈ। ਹੈ, ਠੀਕ ਆ। ਲੱਡੂ ਵੀ ਖਾ ਰਿਹਾ ਤੂੰ ਮੁਕੰਦੀ ਦਾ ਹੀ? ਓਕੇ, ਹੈਪੀ ਦੀਵਾਲੀ। ਹੈਪੀ ਦੀਵਾਲੀ। ਹਾਂਜੀ, ਕੀ ਨਾਮ ਹੈ ਵੀਰ ਜੀ? ਮੇਰਾ ਨਾਮ ਕਰਨ ਭਾਰਦਵਾਜ। ਓਕੇ, ਕਿਹੜੇ ਪਿੰਡ ਤੋਂ ਆਏ ਤੁਸੀਂ? ਮੈਂ ਆਸਟ੍ਰੇਲੀਆ ਰਹਿੰਦਾ ਜੀ, ਪਰਥ ਵਿੱਚ। ਹਾਂਜੀ, ਓਕੇ। ਹਾਂਜੀ, ਇੱਥੇ ਪੰਜਾਬ ਦੇ ਵਿੱਚ? ਪੰਜਾਬ ਵਿੱਚ ਸਰਹੰਦ ਮੰਡੀ, ਫਤਿਹਗੜ੍ਹ ਸਾਹਿਬ। ਓਕੇ, ਹਾਂਜੀ। ਤੁਸੀਂ ਸਰਹੰਦ ਤੋਂ ਇੱਥੇ ਮੁਕੰਦੀ ਹਲਵਾਈ ਦੀ ਦੁਕਾਨ 'ਤੇ ਆਏ ਹੋ? ਹਾਂਜੀ। ਸੋ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ, ਮਤਲਬ ਕਿ ਤੁਸੀਂ ਤਾਂ ਫਿਰ ਇਹ ਬਰਫੀ ਵਿਦੇਸ਼ਾਂ ਵਿੱਚ ਵੀ ਜਾਂਦੀ ਹੈ? ਹਾਂਜੀ ਹਾਂ, ਉੱਥੇ ਵੀ ਜਾਂਦੀ ਹੈ, ਅਤੇ ਅਸੀਂ ਕਾਫੀ ਟਾਈਮ ਹੋ ਗਿਆ ਸਾਨੂੰ, ਅਤੇ ਸਾਡੇ ਪੇਰੈਂਟਸ ਸ਼ੁਰੂ ਤੋਂ ਹੀ ਉਰੇ ਤੋਂ ਹੀ ਲੈ ਕੇ ਜਾਂਦੇ ਹਾਂ ਬਰਫੀ ਜੀ। ਹਾਂਜੀ, ਅਤੇ ਅਸੀਂ ਕਰਾਲੀ ਸਵਾਮੀ ਜੀ ਦੇ ਜਾਂਦੇ ਹਾਂ, ਉਹਨਾਂ ਦੇ ਵੀ ਉਰੇ ਤੋਂ ਹੀ ਲੈ ਕੇ ਜਾਈਦਾ ਸਾਰਾ ਸਮਾਨ, ਅਤੇ ਸਾਡੀ ਸਾਰਾ ਮਤਲਬ ਕਿ ਜੋ ਵੀ ਅਸੀਂ ਮਠਿਆਈ ਲੈ ਕੇ ਜਾਂਦੇ ਉਰੇ ਤੋਂ ਹੀ ਲੈ ਕੇ ਜਾਂਦੇ ਹਾਂ। ਅੱਛਾ ਜੀ। ਹਾਂਜੀ, ਅਸੀਂ ਬਹੁਤ ਪਸੰਦ ਕਰਦੇ ਹਾਂ ਉਹਦੀ ਮਠਿਆਈ ਨੂੰ। ਹਾਂਜੀ ਹਾਂ, ਸੋ ਬਹੁਤ ਮਸ਼ਹੂਰ ਮਠਿਆਈ ਹੈ। ਹਾਂਜੀ ਹਾਂ, ਮੁਕੰਦੀ ਦੀ ਬਰਫੀ। ਮੁਕੰਦੀ ਦੀ ਬਰਫੀ। ਹਾਂਜੀ ਹਾਂ ਹਾਂਜੀ, ਤੁਸੀਂ ਕੀ ਕਹੋਗੇ ਜੀ? ਮੈਂ ਵੀ ਕਹਿਣਾ ਚਾਹੁੰਦਾ ਜੀ, ਸਾਰੇ ਲੋਕਾਂ ਨੂੰ, ਆਮ ਜਨਤਾ ਨੂੰ ਕਹਿਣਾ ਚਾਹੁੰਦਾ ਵੀ ਵੱਧ ਤੋਂ ਵੱਧ ਇਹਨਾਂ ਦੀ ਮਠਿਆਈ ਖਰੀਦੋ, ਕਿਉਂਕਿ ਸਾਫ਼ ਸੁਥਰੀ ਵਧੀਆ ਹੁੰਦੀ ਆ। ਅਸੀਂ ਦੇਖੇ ਪਰਖੇ ਹੋਏ ਹਾਂ ਕਈ 10-15 ਸਾਲਾਂ ਤੋਂ, ਅਸੀਂ ਤਕਰੀਬਨ ਇੱਥੇ ਜੁੜੇ ਹੋਏ ਇਹਨਾਂ ਦੇ ਨਾਲ ਜੀ। ਸਵਾਮੀ ਜੀ ਦੇ ਜਾਂਦੇ ਹਾਂ, ਪਹਿਲਾਂ ਦੀ ਦੁਕਾਨ 'ਤੇ ਆਉਂਦੇ ਹਾਂ, ਇੱਥੋਂ ਸਮਾਨ ਲੈਂਦੇ ਹਾਂ, ਫਿਰ ਸਵਾਮੀ ਜੀ ਦੇ ਜਾਂਦੇ ਹਾਂ ਅਸੀਂ। ਹਾਂਜੀ ਹਾਂਜੀ ਹਾਂ, ਸਵਾਮੀ ਜੀ ਮਹਾਰਾਜ ਦੀ ਬੜੀ ਕਿਰਪਾ ਜੀ। ਹਾਂਜੀ 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 ਹਾਂਜੀ, ਸਵਾਮੀ ਜੀ ਦੀ ਸਭ 'ਤੇ ਕਿਰਪਾ ਜੀ। ਸਾਡੇ ਸਾਰੇ ਸਰਹੰਦ ਦੇ ਲੋਕ ਵੀ ਕਾਫੀ ਜਾਂਦੇ ਹਾਂ, ਅਸੀਂ ਵੀ ਤਕਰੀਬਨ ਮਹੀਨੇ ਬਾਅਦ ਤਾਂ ਮੈਂ ਪੱਕਾ ਆਉਂਦਾ ਹੀ ਆਉਂਦਾ ਜੀ। ਹਾਂਜੀ, ਠੀਕ ਹੈ ਜੀ। ਸੋ ਹੈਪੀ ਦੀਵਾਲੀ ਜੀ। ਹਾਂਜੀ, ਸੇਮ ਟੂ ਯੂ, ਥੈਂਕ ਯੂ। ਥੈਂਕ ਯੂ। ਹਾਂਜੀ ਵੀਰ ਜੀ, ਹੈਪੀ ਦੀਵਾਲੀ ਜੀ ਤੁਹਾਨੂੰ। ਤੁਹਾਨੂੰ ਵੀ ਹੈਪੀ ਦੀਵਾਲੀ, ਸਾਰਿਆਂ ਨੂੰ ਹੈਪੀ ਦੀਵਾਲੀ ਜੀ। ਥੈਂਕ ਯੂ, ਥੈਂਕ ਯੂ ਜੀ। ਹਾਂਜੀ ਵੀਰ ਜੀ, ਕੀ ਹਾਲ ਹੈ ਜੀ? ਠੀਕ ਹੈ ਜੀ, ਠੀਕ ਹੈ ਜੀ। ਮੁਬਾਰਕਾਂ ਜੀ ਦੀਵਾਲੀ ਦੀਆਂ ਜੀ। ਦੀਵਾਲੀ ਦੀਆਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਬਿਲਕੁਲ, ਹਾਂਜੀ 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 ਹਾਂ। ਸੋ ਕਿਸ ਤਰ੍ਹਾਂ ਚੱਲ ਰਹੀ ਹੈ ਜੀ ਦੀਵਾਲੀ? ਦੀਵਾਲੀ ਬਹੁਤ ਵਧੀਆ ਚੱਲ ਰਹੀ ਹੈ ਜੀ। ਵਧੀਆ ਚੱਲ ਰਹੀ, ਬਹੁਤ ਵਧੀਆ ਚੱਲ ਰਹੀ ਹੈ ਜੀ। ਹਾਂਜੀ ਹਾਂ, ਪਹਿਲਾਂ ਕਰੋਨਾ ਕਰਕੇ ਥੋੜਾ ਜਿਹਾ ਹੋ ਗਿਆ। ਹਾਂਜੀ, ਹੁਣ ਤਾਂ ਠੀਕ ਹੈ ਜੀ, ਬਿਲਕੁਲ ਸਹੀ ਹੈ ਜੀ। ਹਾਂਜੀ ਹਾਂਜੀ, ਬਿਲਕੁਲ ਸਹੀ ਹੈ। ਹਾਂਜੀ ਹਾਂਜੀ ਹਾਂ। ਤੇ ਆ ਤੁਹਾਡੇ ਸਾਹਮਣੇ ਇੱਕ ਦੁਕਾਨ ਹੈ, ਕਿਹੜੀ ਦੁਕਾਨ ਹੈ ਇਹ? ਇਹ ਮੁਕੰਦੀ ਹਲਵਾਈ ਦੀ ਦੁਕਾਨ ਹੈ ਜੀ। ਹਾਂਜੀ, ਤੇ ਦਿਨੇਸ਼ ਕੁਮਾਰ ਹੈ ਜੀ, ਰਿੰਕੂ ਜੀ, ਇਹਨਾਂ ਦਾ ਬਹੁਤ ਟੌਪ ਦਾ ਕੰਮ ਹੈ ਜੀ। ਹਾਂਜੀ, ਕਰਾਲੀ ਤੋਂ ਸਭ ਤੋਂ ਇੱਕ ਨੰਬਰ ਕੰਮ ਹੈ ਜੀ। ਇਸ ਟਾਈਮ ਵਿਹਲ ਨਹੀਂ ਮਿਲ ਰਿਹਾ ਬਿਲਕੁਲ ਵੀ, ਬਿਲਕੁਲ ਜੀ ਬਿਲਕੁਲ। ਪੂਰਾ ਧੱਕਾ ਖੜਕ ਰਿਹਾ ਜੀ। ਹਾਂਜੀ ਹਾਂਜੀ, ਪਬਲਿਕ ਆ ਰਹੀ ਹੈ, ਜਾ ਰਹੀ ਹੈ, ਰੌਣਕ ਪੂਰੀ ਹੈ ਜੀ, ਪੂਰੀ ਹੈ ਜੀ। ਹਾਂਜੀ ਹਾਂਜੀ। ਸੋ ਹੁਣ ਤਾਂ ਚਲੋ ਦੀਵਾਲੀ ਹੈ, ਤੁਸੀਂ ਤਾਂ 24 ਘੰਟੇ ਇੱਥੇ ਰਹਿੰਦੇ ਆ, 24 ਘੰਟੇ ਇਹਨਾਂ ਦਾ ਤਕਰੀਬਨ ਕੰਮ ਚੱਲਦਾ ਹੀ ਰਹਿੰਦਾ ਹਰ ਰੋਜ਼? ਬਿਲਕੁਲ ਜੀ ਬਿਲਕੁਲ, ਇਹਨਾਂ ਦਾ 24 ਘੰਟੇ ਪੂਰਾ ਕੰਮ ਚੱਲਦਾ ਜੀ। ਬਾਜ਼ਾਰ ਮਾ ਕੋਈ ਇੰਨਾ ਹੀ ਕੰਮ ਨਹੀਂ ਹੈਗਾ ਜਿੰਨਾ ਇਹਨਾਂ ਦਾ ਹਾਈ ਲੈਵਲ ਦਾ ਕੰਮ ਹੈ, ਟੌਪ ਕੁਆਲਿਟੀ ਦਾ। ਬਰਫੀ ਇਹਨਾਂ ਦੀ ਇੱਕ ਨੰਬਰ ਹੈ, ਸਾਰੀ ਕਰਾਲੀ ਵਿੱਚ ਬਰਫੀ ਨਹੀਂ ਮਿਲ ਸਕਦੀ, ਮੁਕੰਦੀ ਦੀ ਬਰਫੀ ਜੀ। ਅਤੇ ਧਰੁਵ ਸਵੀਰ ਜੀ, ਇਹਨਾਂ ਦਾ ਬੇਟਾ ਹੈ ਜੀ, ਦਿਨੇਸ਼ ਜੀ ਦਾ ਜੀ, ਬਹੁਤ ਟੌਪ ਕੁਆਲਿਟੀ ਦਾ ਮਾਲ ਇਹਨਾਂ ਦਾ ਜੀ। ਕਰਾਲੀ ਮਤਲਬ ਕਿਸੇ ਬਾਰੇ ਨਹੀਂ ਮਿਲ ਸਕਦਾ ਜੀ, ਜਿੰਨਾ ਮਰਜ਼ੀ ਕੋਈ ਬਾਹਰ ਤੋਂ ਬੰਦੇ ਵੀ ਬੁਲਾ ਲਏ ਜੀ, ਹਲਵਾਈ ਦਿੱਲੀ ਤੋਂ ਵੀ ਬੁਲਾ ਲਏ, ਪਰ ਕਿਸੇ ਤੋਂ ਬਰਫੀ ਨਹੀਂ ਜੀ ਬਣੀ। ਅੱਛਾ ਜੀ, ਇਹਨਾਂ ਦੀ ਬਰਫੀ ਇੱਕ ਨੰਬਰ ਬਰਫੀ ਹੈ ਜੀ, 50 ਸਾਲ ਪੁਰਾਣੇ ਇਹਨਾਂ ਦੇ ਕਾਰੀਗਰ ਹੈ ਜੀ, ਮਤਲਬ ਕਹਿਣ ਦਾ ਵੀ ਨਵੇਂ ਕਾਰੀਗਰ ਨਹੀਂ ਹੈ, ਪੁਰਾਣਾ ਇਹਨਾਂ ਦਾ ਕੰਮ ਚੱਲਦਾ ਆ ਰਿਹਾ, ਇਹਨਾਂ ਦੇ ਬਜ਼ੁਰਗਾਂ ਤੋਂ ਚੱਲਦਾ ਆ ਰਿਹਾ ਜੀ। ਬਹੁਤ ਵਧੀਆ ਕੁਆਲਿਟੀ ਦਾ ਸਮਾਨ ਬਣਾ ਰਹੇ ਜੀ, ਬਰਫੀ, ਗੁਲਾਬ ਜਾਮਣ, ਰਸਗੁੱਲੇ, ਹਰੇਕ ਚੀਜ਼ ਇਹਨਾਂ ਦੀ ਵਿਕ ਰਹੀ ਹੈ ਜੀ। ਗਾਹਕ ਬਹੁਤ ਹੈ ਜੀ, ਮਹਾਮਾਰੀ ਦੀ ਬਹੁਤ ਕਿਰਪਾ ਹੈ। ਹੈਪੀ ਦੀਵਾਲੀ। ਹੈਪੀ ਦੀਵਾਲੀ ਜੀ, ਹੈਪੀ ਦੀਵਾਲੀ।
थैंक यू। हाँ जी नमस्कार जी। नमस्कार जी। की नाम है जी अपना? रितु। कितों आई तुसी? सिखरड़ तो आए। खरड़ तो आए हैं। आज केड़ी दुकान ते आए हुए? असि मुकुंदी दी दुकान ते बर्फी लेने आए सी खरड़ तो। अच्छा बर्फी लेने खरड़ तो स्पेशल करा ली आए? स्पेशल। हां जी। अच्छा जी वधिया लगती है थोनू? सानू इनदी अच्छी लगदी है, मतलब ऐ भी मिलावट नहीं है कोई भी जी। खरड़ इनी अच्छी मिठाइयां नहीं मिलदियां। ओके। सब बेकार खरड़। वाह जी वाह वाह। ए प्योर मतलब के खोए दी बनाने जी। ਜੇ ਬੜੇ ਬੜੇ ਸਾਲਾਂ ਤੋਂ ਇੱਥੋਂ ਲੈਣ ਆਂਦੇ ਆ? ਹਾਂਜੀ ਹਾਂਜੀ ਸਪੈਸ਼ਲ ਵਾਕਈ ਉਰੇ ਲੈਣ ਆਏ ਮਠਿਆਈ ਜੀ। ਬੜੀ ਮਸ਼ਹੂਰ ਹੈ ਜੀ ਇਹ ਮਠਿਆਈ, ਇਹਨਾਂ ਦੀ ਵਿਦੇਸ਼ਾਂ 'ਚ ਵੀ ਜਾਂਦੀ ਹੈ। ਜਾਂਦੀ ਹੈ, ਸਹੀ ਗੱਲ ਹੈ ਤੁਹਾਡੀ। ਨਹੀਂ ਵਾਕਈ ਅੱਛੀ ਹੈ, ਮੇਰੀ ਨਹੀਂ ਵੀ ਆਪਾਂ ਇੰਟਰਵਿਊ ਦੇ ਰਹੇ ਹਾਂ, ਵਾਕਈ ਅੱਛੀ ਹੈ। 70 ਬੈਗ ਦੇ ਦੋ ਤੇ। ਹੈਪੀ ਦੀਵਾਲੀ ਜੀ। ਥੈਂਕ ਯੂ, ਸੇਮ ਟੂ ਯੂ ਜੀ। ਹੈਪੀ ਦੀਵਾਲੀ। ਹਾਂਜੀ ਹੈਪੀ ਦੀਵਾਲੀ ਜੀ। ਹੈਪੀ ਦੀਵਾਲੀ ਵੀਰ। ਹੋਰ ਕੀ ਹਾਲ ਚਾਲ ਨੇ? ਠੀਕ ਹੈ ਜੀ। ਫਿਰ ਅੱਜ ਲੱਗੇ ਹੋਏ ਆ, ਅਮਰਤੀਆਂ ਕੱਢ ਰਹੇ ਆ। ਹਾਂਜੀ ਹਾਂਜੀ। ਕਿੰਨੇ ਵਜੇ ਲੱਗ ਗਏ ਜੀ ਸਵੇਰੇ? ਸਵੇਰੇ 8 ਵਜੇ ਜੀ। 8 ਵਜੇ ਲੱਗੇ ਹੋਏ ਆ। ਸੋ ਇਹ ਕਿਲੋ ਨੂੰ ਫਿਰ ਕਿੰਨੇ ਕੁ ਦੇਰ ਲੱਗ ਜਾਂਦੀ ਹੈ ਕੱਢਣ ਨੂੰ? ਕਿਲੋ ਜੀ ਲੱਗ ਜਾਂਦਾ ਜੀ 15-20 ਮਿੰਟ ਲੱਗ ਜਾਂਦੇ ਜੀ ਇੱਕ ਕਿਲੋ ਕੱਢਣ ਨੂੰ। ਹਾਂਜੀ। ਸਵੇਰ ਦੇ ਫਿਰ ਇੱਥੇ ਬੈਠੇ ਹੋ? ਹਾਂਜੀ ਹਾਂਜੀ। ਅੱਛਾ ਜੀ। ਫਿਰ ਰੋਟੀ ਰਾਟੀ ਖਾ ਲਈ ਸੀ? ਖਾ ਲਈ ਜੀ, ਖਾ ਲਈ ਸੀ। ਹਾਂ ਜੀ। ਟਾਈਮ ਔਖਾ ਹੀ ਮਿਲਿਆ ਹੋਣਾ? ਹਾਂ ਜੀ, 3 ਵਜੇ ਮਿਲਿਆ ਜੀ। ਅੱਛਾ ਜੀ। ਹਾਂ ਜੀ। ਹਾਂ ਭੀੜ ਬਹੁਤ ਹੈ ਤੇ ਬਣਾ ਵੀ ਤੁਸੀਂ ਇੰਨੀਆਂ ਵਧੀਆ ਰਹੇ ਹੈ ਕਿ ਹਾਂ ਜੀ ਹਾਂ ਜੀ ਕਹਾ ਗਏ ਨੂੰ ਉਮੜਿਆ ਪਿਆ ਇੱਥੇ। ਹਾਂ ਜੀ ਹਾਂ ਜੀ ਹਾਂ ਜੀ ਹਾਂ ਠੀਕ ਹੈ। ਵਧੀਆ ਗੱਲ ਹੈ ਜੀ, ਮਕੰਦੀ ਜੀ ਦੀ ਜੋ ਬਰਫੀ ਵੀ ਮਸ਼ਹੂਰ ਹੈ ਤੇ ਅਮਰਤੀਆਂ ਵੀ ਤੇ ਸਾਰੀਆਂ ਮਠਿਆਈਆਂ ਮਸ਼ਹੂਰ ਹੈ। ਹਾਂ ਜੀ ਹਾਂ ਜੀ ਹਾਂ ਜੀ। ਬਰਫੀ ਕਿਹੜੀ ਹੈ ਇਹਨਾਂ ਦੀ ਭਲਾ? ਲਾਲ ਬਰਫੀ ਜੀ। ਲਾਲ ਬਰਫੀ, ਮਕੰਦੀ ਦੀ ਬਰਫੀ? ਹਾਂ ਜੀ ਹਾਂ ਜੀ ਠੀਕ ਹੈ ਜੀ। ਹੈਪੀ ਦੀਵਾਲੀ ਜੀ। ਹੈਪੀ ਦੀਵਾਲੀ ਵੀਰ। ਹਾਂਜੀ ਆਪਣਾ ਸ਼ੁਭ ਨਾਮ ਕੀ ਹੈ ਜੀ? ਬੰਸੀ ਲਾਲ ਜੀ। ਹਾਂਜੀ ਬੰਸੀ ਲਾਲ ਜੀ, ਪਹਿਲਾਂ ਤਾਂ ਤੁਹਾਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਚਲੋ ਜੀ ਆਪ ਬਹੁਤ ਮੁਬਾਰਕਾਂ। ਹਾਂਜੀ। ਸੋ ਇਹ ਮਕੰਦੀ ਦੀ ਬਰਫੀ ਜੋ ਤੁਸੀਂ ਬਹੁਤ ਦੇਰ ਤੋਂ ਬਣਾਉਂਦੇ ਆ ਰਹੇ ਹੈ, ਤੁਸੀਂ ਮੇਨ ਕਾਰੀਗਰ ਹੈ, ਸੋ ਕੀ ਕਹੋਗੇ ਮਤਲਬ ਕਿ ਕੀ ਰਾਜ ਹੈ ਇਹਦਾ? ਰਾਜ ਮਾਲਕ ਜਾਣੇ ਕਿਆ ਕਹਿੰਦੇ। ਹਾਂਜੀ ਹਾਂਜੀ ਉੱਪਰ ਵਾਲੇ ਦੀ ਕਿਰਪਾ। ਹਾਂ ਉੱਪਰ ਵਾਲੇ ਦੀ ਕਿਰਪਾ ਜੀ। ਹਾਂਜੀ। ਕਿਉਂਕਿ ਆਪਣੇ ਦੇਸ਼ ਵਿੱਚ ਤਾਂ ਇਹ ਬਰਫੀ ਚੱਲਦੀ ਹੋਇਆ, ਵਿਦੇਸ਼ਾਂ ਵਿੱਚ ਵੀ ਬਰਫੀ ਪਹੁੰਚਦੀ ਹੈ, ਇੰਨੀ ਦੂਰੋਂ ਦੂਰੋਂ ਲੋਕ ਆਉਂਦੇ ਆ ਇੱਥੇ। ਹਾਂਜੀ ਹਾਂ ਹਾਂਜੀ ਹਾਂ ਸਭ ਉਸੇ ਦੀ ਕਿਸਮਤ ਹੈ ਜੀ। ਸੋ ਬਹੁਤ ਵਧੀਆ, ਤੁਹਾਡੇ ਸ਼ੁਭ ਹੱਥਾਂ ਦੇ ਨਾਲ ਜਿਹੜੀ ਬਰਫੀ ਬਣਦੀ ਆ। ਹੈਪੀ ਦੀਵਾਲੀ। ਹੈਪੀ ਦੀਵਾਲੀ ਸਭ ਮਾਲਕ ਦੀ ਮਾਲਕ ਦੀ।